ਸਸਰੀਕਾਲ ਸਾਰੇ ਪੰਜਾਬੀਆਂ ਨੂੰ 21 ਮਈ ਲਈ ਕੈਨੇਡਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਜੀ ਇਸੇ ਮਹੀਨੇ ਬਹੁਤ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਉਹਨਾਂ ਪੰਜਾਬੀਆਂ ਨੂੰ ਜਿਨ੍ਹਾਂ ਦੇ ਪੰਜਾਬੀ ਭਰਾ ਆਪਣੇ ਭੈਣ ਭਾਈ ਸਾਰੇ ਕੈਨੇਡਾ ਦੇ ਵਿੱਚ ਪੀਆਰ ਹੁਣ ਪੀਆਰ ਦੇ ਉੱਤੇ ਬੈਠ ਕੇ ਹੁਣ ਕਿੰਨਾ ਨੂੰ ਆਪਣੇ ਕੋਲ ਬੁਲਾ ਸਕਦੇ ਆ ਉਹ ਵੀ ਪੱਕੇ ਤੌਰ ਤੇ ਮੋਸਟਲੀ ਆਪਾਂ ਕੀ ਦੇਖਦੇ ਆ ਕਿ ਆਪਣੇ ਜੋ ਪੇਰੈਂਟਸ ਹੁੰਦੇ ਉਹਨਾਂ ਕੋਲੇ ਵਿਜ਼ਟਰ ਵੀਜ਼ੇ ਤਾਂ ਜਾਂਦੇ ਆ ਪਰ ਹੁਣ ਉਹਨਾਂ ਨੂੰ ਪੱਕੇ ਤੌਰ ਤੇ ਬੁਲਾਇਆ ਜਾ ਸਕਦਾ ਹੈ ਚਾਹੇ ਤੁਹਾਡੇ ਪੇਰੈਂਟਸ ਆ ਚਾਹੇ ਤੁਹਾਡੇ ਗ੍ਰੈਂਡਪੇਰੈਂਟਸ ਆ ਦਾਦਾ ਦਦੀ ਨੂੰ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਆਪਾਂ ਕੈਨੇਡਾ ਦੇ ਵਿੱਚ ਬੁਲਾ ਸਕਦੇ ਹਾਂ ਵਿਜ਼ਟਰ ਵੀਜ਼ੇ ਨੂੰ ਛੱਡ ਕੇ ਇਹ ਐਲਾਨ ਕੈਨੇਡਾ ਦੀ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ ਜੇਕਰ ਆਪਾਂ ਗੱਲ ਕਰੀਏ ਕਿੰਨੇ ਲੋਕ ਕੈਨੇਡਾ ਦੇ ਵਿੱਚ ਇਸ ਪ੍ਰੋਸੈਸਿੰਗ ਵੀਜ਼ੇ ਉੱਤੇ ਆਉਣ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ 35500 ਮਤਲਬ ਕਿ 35500 ਭਾਰਤੀਆਂ ਨੂੰ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਬੱਚੇ ਬਾਹਰ ਪੀਆਰ ਉਹ ਆਪਣੇ ਪੇਰੈਂਟਸ ਨੂੰ ਆਪਣੇ ਗ੍ਰੈਂਡਪੇਰੈਂਟਸ ਨੂੰ ਕਹਨ ਬੁਲਾ ਸਕਦੇ ਆ 35500 ਦਾ ਜੋ ਪੱਕਾ ਟੀਚਾ ਉਹਨਾਂ ਦੁਆਰਾ ਰੱਖਿਆ ਗਿਆ ਹੈ ਗੱਲ ਕਰੀਏ 2025 2026 ਦੇ ਵਿੱਚ 2025 ਦੇ ਵਿੱਚ 27000 ਐਂਡ 2026 ਦੇ ਵਿੱਚ ਕੁੱਲ 29000 ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਆਪਾਂ ਕੈਨੇਡਾ ਦੇ ਵਿੱਚ ਬੁਲਾ ਸਕਦੇ ਆ ਜਿੰਨਾ ਲੋਕਾਂ ਨੇ ਜਿੰਨਾ ਸਟੂਡੈਂਟਾਂ ਨੇ ਜਾਂ ਜਿੰਨਾਂ ਨੇ ਵੀ 2020 ਦੇ ਵਿੱਚ ਆਪਣਾ ਡਰਾਅ ਲਿਖਵਾਇਆ ਸੀ ਜਾਂ ਡਰਾਪ ਆਇਆ ਸੀ ਉਹਨਾਂ ਦੇ ਪੇਰੈਂਟਸ ਹੁਣ ਪੱਕੇ ਤੌਰ ਤੇ 35500 ਲੋਕਾਂ ਨੂੰ ਵੀਜ਼ਾ 21 ਮਈ ਤੋਂ ਭੇਜਨੇ ਸ਼ੁਰੂ ਕਰ ਦਿੱਤੇ ਜਾਣਗੇ ਮਤਲਬ ਕਿ ਜਿਨ੍ਹਾਂ ਨੇ ਕਰੋਨਾ ਦੇ ਟਾਈਮ ਤੋਂ ਪਹਿਲਾਂ ਆਪਣੇ ਪੇਰੈਂਟਸ ਦੀ ਪੱਕੇ ਤੌਰ ਤੇ ਇਧਰ ਕੈਨੇਡਾ ਦੇ ਵਿੱਚ ਬੁਲਾਉਣ ਲਈ ਐਪਲੀਕੇਸ਼ਨ ਪਾਈ ਸੀ 2020 ਉਹਨਾਂ ਦਾ ਡਰਾਅ ਅਨਾਉਂਸਮੈਂਟ ਕਰ ਦਿੱਤਾ ਗਿਆ ਹੈ 21 ਮਈ ਤੋਂ ਉਹਨਾਂ ਨੂੰ ਜੋ ਆ ਕੇ ਚਿੱਠੀਆਂ ਭੇਜਦੀਆਂ ਸ਼ੁਰੂ ਹੋ ਜਾਣਗੀਆਂ ਉਹਨਾਂ ਨੂੰ ਇਮੀਗ੍ਰੇਸ਼ਨ ਵਰਕ ਉਹਨਾਂ ਦਾ ਸਟਾਰਟ ਹੋ ਜਾਏਗਾ ਤੇ 21 ਮਈ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਜਾਂ ਫਿਰ ਗ੍ਰੈਂਡ ਪੇਰੈਂਟਸ ਜਿੰਨਾਂ ਦੀ ਉਹਨਾਂ ਨੇ ਫਾਈਲ ਲਾਈ ਸੀ ਉਹ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਆ ਸਕਦੇ ਆ ਜੇਕਰ ਤੁਹਾਡਾ ਵੀ ਇਨ ਦਾ ਫਿਊਚਰ ਪੀਆਰ ਹੈ ਤੁਸੀਂ ਵੀ ਆਪਣੇ ਪੇਰੈਂਟਸ ਨੂੰ ਗ੍ਰੈਂਡ ਪੇਰੈਂਟਸ ਨੂੰ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੀ ਇਹ ਡਰਾ ਲੱਕੀ ਹੋ ਸਕਦਾ ਹੈ ਪਰ ਇਹ ਡਰਾ ਕਦੋਂ ਨਿਕਲੂਗਾ ਅਸੀਂ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰ ਦੇਵਾਂਗੇ ਉਸ ਲਈ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਐਂਡ ਆਈ ਪ੍ਰੇ টু ਗੋਡ ਜਿਨ੍ਹਾਂ ਦੇ ਬੱਚੇ ਮਾਪਿਆਂ ਤੋਂ ਦੂਰ ਸਨ ਅੱਜ ਉਹ ਮਿਲਣ ਦੇ ਕਾਬਿਲ ਹੋ ਚੁੱਕੇ ਆਈ